मिस्टर सिंह प्रोडक्शंस ते गुरबानी कीर्तन टाडी वारा कथा कविश्री वारा लाइव कीर्तन देखन लई हुणे सब्सक्राइब करो अते बेल दी घंटी वजाउणा ना भुलना। ਸਾਰਿਆਂ ਦਾ ਝੁਕਦਾ ਏ ਸੀਸੇ ਇੱਥੇ ਆਣ ਕੇ ਜਹਾਨ ਦਾ ਤਾਲ ਵਿੱਚ ਸੋਭਾ ਪਾਵੇ ਸ਼੍ਰੀ ਦਰਬਾਰ ਸਾਹਿਬ ਸੋਹਣਾ ਚਰਚਾ ਏ ਦੁਨੀਆ 'ਚ ਇਹਦੇ ਅਸਥਾਨ ਦਾ ਲੰਘੀਏ ਜਾਂ ਦਰਸ਼ਨੀ ਡਿਓੜੀ ਸੱਚਖੰਡ ਦਿਸੇ ਸੱਚਖੰਡ ਵਿੱਚ ਦਿਸੇ ਰੂਪ ਭਗਵਾਨ ਦਾ ਇੱਕ ਬੂਆ ਵੇਦ ਦਾ ਦੂਜਾ ਹੈ ਅਜੀਲ ਦਾ ਤੀਜਾ ਗੁਰੂ ਗ੍ਰੰਥ ਦਾ ਅਤੇ ਚੌਥਾ ਹੈ ਕੁਰਾਨ ਦਾ ਲਾਲ ਹੈ ਦਇਆ ਜੀ ਦਾ ਤਾਂਹੀਓ ਜਸ ਫੈਲਿਆ ਏ ਲੋਕ ਪਰਲੋਕ ਵਿੱਚ ਇਸ ਦਇਆਵਾਨ ਦਾ ਰਾਜੇ ਮਹਾਰਾਜੇ ਰੰਕ ਪੀਰ ਅਤੇ ਫਕੀਰ ਕਹਿਣ ਰੁਤਬਾ ਮਹਾਨ ਗੁਰੂ
ਸੋਢੀ ਸੁਲਤਾਨ ਦਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦੇ ਦਰਸ਼ਨ ਇਸ਼ਨਾਨ ਕਰਕੇ ਉਪਰੰਤ ਇਤਿਹਾਸਕ ਸਥਾਨ ਗੁਰਦੁਆਰਾ ਮੰਜੀ ਸਾਹਿਬ ਹਾਲ ਵਿਖੇ ਸਿੱਖਾਂ ਦੀ ਸਰਮੌਰ ਜਥੇਬੰਦੀ ਪਿਆਰੀ ਸਾਧ ਸਿੰਘ ਜੀ ਦੀ ਕੁਰਬਾਨੀਆਂ ਦੇ ਨਾਲ ਬਣੀ ਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 100 ਸਾਲਾ ਸਥਾਪਨਾ ਦਿਵਸ ਮਨਾਉਣ ਵਾਸਤੇ ਗੁਰੂ ਕੇ ਪਾਵਨ ਦਰਬਾਰ ਵਿੱਚ ਹਾਜ਼ਰ ਹੋਏ ਹਾਂ। ਸਮੁੱਚੀਆਂ ਸਿੱਖ ਸੰਗਤਾਂ ਇੱਕ ਵਾਰ ਪਿਆਰ ਦਾ ਸਬੂਤ ਦਿਓ, ਆਪਣੀ ਅਤੇ ਦਾਸਰੇ ਦੇ ਜਥੇ ਦੀ ਹਾਜ਼ਰੀ ਗੁਰੂ ਕੇ ਪਾਵਨ ਚਰਨਾਂ ਵਿੱਚ ਲਵਾਉਣ ਵਾਸਤੇ ਗੱਜ ਕੇ ਗਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਨ੍ਹਾਂ ਨੇ ਆਪਣਾ ਖੂਨ ਡੋਲ ਕੇ, ਜਿਨ੍ਹਾਂ ਨੇ ਕੁਰਬਾਨੀਆਂ ਦੇ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਲਿਆਂਦੀ, ਅੱਜ ਬੇਸ਼ੱਕ 100 ਸਾਲ ਹੋ ਗਏ ਨੇ ਉਹ ਸਾਡੇ ਵਿੱਚ ਨਹੀਂ, ਪਰ ਜਿਨ੍ਹਾਂ ਨੇ ਕੁਰਬਾਨੀਆਂ ਦੇ ਕੇ ਇਸੇ ਕੌਮ ਦੀ ਸਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਲਿਆਂਦੀ, ਉਹਨਾਂ ਦੀਆਂ ਦਿੱਤੀਆਂ ਹੋਈਆਂ ਕੁਰਬਾਨੀਆਂ ਦਾ ਸਦਕਾ ਅੱਜ ਸਮੁੱਚਾ ਖਾਲਸਾ ਪੰਥ ਇਕੱਤਰ ਹੋ ਕੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ 100 ਸਾਲਾ ਸਥਾਪਨਾ ਦਿਵਸ ਮਨਾ ਰਿਹਾ ਹੈ। ਪਰ ਪਿਆਰੀ ਸਾਧ ਸੰਗਤ ਜੀ, ਜਦੋਂ 200 ਸਾਲਾ ਆਵੇਗਾ ਅਸੀਂ ਨਹੀਂ ਹੋਵਾਂਗੇ ਅਤੇ ਪਿਆਰੀ ਸਾਧ ਸੰਗਤ ਜੀ ਦੂਸਰੇ ਆਉਣਗੇ, ਪਰ 200 ਸਾਲ ਬਾਅਦ ਵੀ ਸੇ ਕੌਮ ਦੀ ਸਰਮੌਰ ਜਥੇਬੰਦੀ ਦਾ ਇਹ 200 ਸਾਲਾ ਸਥਾਪਨਾ ਦਿਵਸ ਮਨਾਇਆ ਜਾਵੇਗਾ। ਮਨਾਇਆ ਕਿਉਂ ਜਾਵੇਗਾ? ਕਿਉਂਕਿ ਕਿਸੇ ਵਿਸ਼ੇਸ਼ ਵਿਅਕਤੀ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ, ਇਹ ਸ਼ਹੀਦਾਂ ਦੀ ਸੰਪਰਦਾਇ। ਸ਼ਹੀਦਾਂ ਨੇ ਆਪਣਾ ਖੂਨ ਡੋਲ ਕੇ ਹੋਂਦ ਵਿੱਚ ਲਿਆਂਦੀ ਅਤੇ ਇਸੇ ਕਰਕੇ ਕਿਸੇ ਵਿਦਵਾਨ ਨੇ ਚੰਦ ਲੈਣਾ ਬੜੀਆਂ ਪਿਆਰੀਆਂ ਲਿਖੀਆਂ ਏ। ਉਹ ਲਿਖਦਾ ਹੈ ਉਹਨਾਂ ਲੋਕਾਂ ਦੀ ਮੰਜ਼ਿਲ ਦਾ ਰਾਹ ਸਿੱਧਾ ਵੱਲ ਜਿਨ੍ਹਾਂ ਨੂੰ ਆਇਆ ਸ਼ਹੀਦੀਆਂ ਦਾ ਉਹ ਕੌਮ ਪੂੰਜੀਦਾਰ ਜ਼ਿੰਦਗੀ ਦੀ ਜਿਹਦੇ ਕੋਲ ਸਰਮਾਇਆ ਸ਼ਹੀਦੀਆਂ ਦਾ ਮਿਲਦੇ ਜੋ ਮੌਤ ਨੂੰ ਗਲੀ ਹਾਰ ਪਾ ਕੇ ਜੀਵਨ ਵਿੱਚ ਨਹੀਂ ਉਹਨਾਂ ਦੀ ਹਾਰ ਵੇਖੀ ਜਿਨ੍ਹਾਂ ਦੀ ਝੋਲੀ 'ਚ ਸ਼ਹੀਦਾਂ ਦੇ ਫੁੱਲ ਬਹੁਤੇ ਉਸ ਕੌਮ ਦੇ ਬਾਗੀ ਬਹਾਰ ਵੇਖੀ ਹੁੰਦਾ ਏ ਕਦੇ ਮੁਹਤਾਜ ਨਹੀਂ ਦੀਵਿਆਂ ਦੇ ਹਰ ਇੱਕ ਮੱਸਿਆ ਉਹਨਾਂ ਲਈ ਚਾਨਣੀ ਏ ਜਿਹੜੇ ਕੌਮ ਦੇ ਅਣਖੀ ਪਤੰਗਿਆਂ ਨੇ ਸੇਜ ਸਮਾਂ ਦੀ ਲਾਟ ਤੇ ਮਾਨਣੀ ਏ ਬਣਦੇ ਨਹੀਂ ਇਤਿਹਾਸ ਕਦੇ ਇਸ ਗੱਲੇ ਕਿ ਅਸਾਂ ਰਾਜਿਆਂ ਦੇ ਕਿੰਨੇ ਪੂਰ ਜੰਮੇ ਪਰ ਆਉਣ ਵਾਲੀ ਨਸਲ ਨੇ ਪੁੱਛਣਾ ਏ ਕਿਹੜੀ ਕੌਮ ਨੇ ਬਹੁਤੇ ਮਨਸੂਰ ਜੰਮੇ ਕਦਰ ਜ਼ਿੰਦਗੀ ਦੀ ਉਹ ਪਾ ਸਕਦਾ ਜਿਹੜੀ ਕੌਮ ਨੂੰ ਮਰਨ ਦਾ ਝੱਲ ਪੈ ਜੇ ਅੰਤ ਨੂੰ ਪੈਂਦਾ ਮੁੱਲ ਕੁਰਬਾਨੀਆਂ ਦਾ ਭਾਵੇਂ ਅੱਜ ਪੈ ਜੇ ਅਤੇ ਭਾਵੇਂ ਕੱਲ੍ਹ ਪੈ ਜੇ ਅੱਜ ਵੀ ਉਹਨਾਂ ਦੀਆਂ ਕੁਰਬਾਨੀਆਂ ਦਾ ਮੁੱਲ ਪੈ ਰਿਹਾ ਏ। 100 ਸਾਲ ਬਾਅਦ ਵੀ ਜਿਨ੍ਹਾਂ ਨੇ ਆਪਣਾ ਖੂਨ ਡੋਲ ਕੇ 15 ਨਵੰਬਰ 1920 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਤੇ ਸਰਬੱਤ ਖਾਲਸੇ ਦਾ ਇਕੱਠ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਲਿਆਂਦੀ, ਜਿਨ੍ਹਾਂ ਦੇ ਪਹਿਲੇ ਪ੍ਰਧਾਨ ਸਰਦਾਰ ਸੁੰਦਰ ਸਿੰਘ ਜੀ ਮਜੀਠੀਆ ਸਾਹਿਬ ਬਣੇ ਅਤੇ ਸਭ ਤੋਂ ਵੱਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਹੋਣ ਤੋਂ ਪਹਿਲਾਂ ਕੁਰਬਾਨੀ ਹੋਈ ਏ। 26 ਜਨਵਰੀ 1921 ਨੂੰ ਦਰਬਾਰ ਸ਼੍ਰੀ ਤਰਨ ਤਾਰ ਸਾਹਿਬ ਦੀ ਧਰਤੀ ਉੱਤੇ ਖਾਲਸੇ ਪੰਥ ਨੇ ਸੇਵਾ ਸੰਭਾਲਿਆ ਆਪਣੇ ਹੱਥਾਂ ਵਿੱਚ ਲੈਣ ਵਾਸਤੇ 2 ਕੁਰਬਾਨੀਆਂ ਕਰਨੀਆਂ ਪਈਆਂ। 2, ਇੱਕ ਸੀ ਸਰਦਾਰ ਹਜ਼ਾਰਾ ਸਿੰਘ ਅਲਾਦੀਨਪੁਰ ਵਾਲਾ, ਦੂਸਰਾ ਸੀ ਸਰਦਾਰ ਹਾਕਮ ਸਿੰਘ ਕੋਟ ਵਸਾਊ ਵਾਲਾ, ਜਿਨ੍ਹਾਂ ਨੇ ਖੂਨ ਡੋਲ ਕੇ ਸ਼੍ਰੀ ਦਰਬਾਰ ਸਾਹਿਬ ਦੀ ਸੇਵਾ ਸੰਭਾਲ ਸਿੱਖ ਕੌਮ ਦੀ ਝੋਲੀ ਵਿੱਚ ਪਾਈ ਅਤੇ ਪੁਜਾਰੀ ਤੇਜਾ ਸਿੰਘ ਦੇ ਕੋਲੋਂ ਚਾਬੀਆਂ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤੀਆਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖੂਨ ਡੋਲ ਕੇ ਕਿਵੇਂ ਹੋਂਦ ਵਿੱਚ ਆਈ ਏ ਉਸ ਵੇਲੇ ਦੀ ਤਸਵੀਰ ਨੂੰ ਚਵਿੰਡੇ ਦਾ ਢਾਡੀ ਜੱਥਾ ਬਿਆਨ ਕਰਨ ਲੱਗਾ ਏ। ਧਿਆਨ ਦੇ ਕੇ ਸਰਵਣ ਕਰਨਾ, ਡੋਲ ਕੇ ਆਪਣਾ ਖੂਨ ਬਹਾਦਰਾਂ ਨੇ ਸਿੱਖ ਪੰਥ ਦੀ ਸਰਮੌਰ ਜਥੇਬੰਦੀ ਸ਼੍ਰੋਮਣੀ ਕਮੇਟੀ ਹੋਂਦ ਵਿੱਚ ਹੇ ਇਉਂ ਲਿਆਂਦੀ ਜੀ।
ਸਫਲ ਹੁੰਦਾ ਤੇ ਦੇਸ਼ ਕੌਮ ਦੇ ਕੰਮ ਜੋ ਆ ਜਾਂਦੇ ਮਰਦੇ ਨਹੀਂ ਉਹ ਜੱਗ ਤੇ ਅੰਬਰ ਰਹਿੰਦੇ ਤੇ ਮਰ ਕੇ ਜਿਉਣ ਦਾ ਢੰਗ ਸਿਖਾ ਜਾਂਦੇ ਦੀਵਾ ਕੌਮ ਤੇ ਅਣਖਦਾ ਰਹੇ ਬਲਦਾ ਤੇ ਜਗ੍ਹਾ ਤੇਲ ਦੀ ਖੂਨ ਉਹ ਪਾ ਜਾਂਦੇ ਕਦੇ ਕਿਸੇ ਤੂਫਾਨ ਤੋਂ ਬੁੱਝਦੀ ਨਾ ਤੇ ਜਿਹੜੀ ਜੋਤ ਸ਼ਹੀਦ ਜਗਾ ਜਾਂਦੇ ਉਹ ਕੌਮ ਜਵਾਲੀਆਂ ਮਾਣਦੀ ਏ ਜਦੋਂ ਡੁੱਲਦਾ ਖੂਨ ਜਵਾਨੀਆਂ ਦਾ ਉਹ ਕੌਮ ਦਾ ਹੁੰਦਾ ਦਾਨ ਬਲੀਦਾਨ ਬਲੀਦਾਨੀਆਂ ਦਾ ਹੋ ਕੰਮ ਵਾਸਤੇ ਤਲੀ ਤੇ ਸੀਸ ਤਰਨਾ ਬਣਦਾ ਫਰਜ਼ ਹੈ ਪੰਥ ਦੇ ਬਾਨੀਆਂ ਦਾ ਹੋ ਜ਼ਲਮ ਜ਼ੁਲਮ ਕਮਾਉਣ ਗਏ ਜਦੋਂ ਦੀ ਕਰੇ ਇੱਕ ਸਾ ਚੱਲ ਦਾਰੂ ਕੁਰਬਾਨੀਆਂ ਦਾ ਕਮੇਟੀ ਜੋ ਸ਼੍ਰੋਮਣੀ ਬਣੀ ਜਿਹੜੀ ਨਾਲ ਕੁਰਬਾਨੀਆਂ ਸਿੱਖਾਂ ਦੀ ਕਮੇਟੀ ਜੋ ਸ਼੍ਰੋਮਣੀ ਬਣੀ ਜਿਹੜੀ ਨਾਲ ਕੁਰਬਾਨੀਆਂ ਸਿੱਖਾਂ ਦੀ ਕਮੇਟੀ ਜੋ ਸ਼੍ਰੋਮਣੀ ਬਣੀ ਜਿਹੜੀ ਨਾਲ ਕੁਰਬਾਨੀਆਂ ਕੱਢਿਆ ਕੁਕਰਮੀ ਮਹੰਤਾਂ ਨੂੰ ਵਾਰ ਗਈਆਂ ਸਿੰਘਾਂ ਜਿੰਦਗਾਨੀਆਂ ਕੱਢਿਆ ਕੁਕਰਮੀ ਮਹੰਤਾਂ ਨੂੰ ਵਾਰ ਸਿੰਘਾਂ ਗਈਆਂ ਜਿੰਦਗਾਨੀਆਂ ਚੜ੍ਹਦੀ ਕਲਾ ਸੇ ਗੁਰੂ ਕਰਦਾ ਆਈ ਪ੍ਰਬੰਧ ਹੈ ਸੰਭਾਲ ਦੀ ਸਾਂਝੀ ਜੋ ਜਮਾਤ ਸਿੱਖ ਕੌਮ ਦੀ ਹੋ ਗਈ ਅੱਜ ਸੌ ਸਾਲ ਦੀ ਸਾਂਝੀ ਜੋ ਜਮਾਤ ਸਿੱਖ ਕੌਮ ਦੀ ਹੋ ਗਈ ਅੱਜ ਸੌ ਸਾਲ ਦੀ ਪ੍ਰਚਾਰ ਦੇ ਲਈ ਸੱਚ ਉੱਤੇ ਪੈਰਾ ਸਦਾ ਦੇਣ ਲਈ ਕੌਮ ਦੇ ਹਿੱਤਾਂ ਦੀ ਵਿਚਾਰ ਲਈ ਸੱਚ ਉੱਤੇ ਪੈਰਾ ਸਦਾ ਦੇਣ ਲਈ ਕੌਮ ਦੇ ਹਿੱਤਾਂ ਦੇ ਵਿਚਾਰ ਲਈ ਗੱਲ ਕਰੇ ਸਦਾ ਨਿਰਪੱਖ ਜੋ ਸਭ ਜਥੇਬੰਦੀਆਂ ਦੇ ਨਾਲ ਦੀ ਸਾਂਝੀ ਜੋ ਜਮਾਤ ਸਿੱਖ ਕੌਮ ਦੀ ਹੋ ਗਈ ਅੱਜ ਸੌ ਸਾਲ ਦੀ
सांझी जो जमात सिख कौम दी हो गई है अज 100 साल दी बनी जेड़ी नाल कुर्बानिया सिखां दी कमेटी जो श्रोमणी बनी जेड़ी नाल कुर्बानिया इन्नी क हाजरी सतगुरु महाराज जी दे पावन पवित्र गुरदेव पातशाह महाराज जी की अपार बख्शिश रहमत का सदका हुक्म होया है। एक चीज गुरु की सिख संगतां दे नाल दादे ढाडी जी इत्थे होर सांझी करन वास्ते श्रोमणी गुरद्वारा प्रबंधक कमेटी प्यारी साध संगत जी होंद विच आई श्री अकाल तख्त साहिब की पावन पवित्र धरती उत्ते 24 जनवरी 1921 ईस्वी नूं श्रोमणी गुरद्वारा प्रबंधक कमेटी की एक मीटिंग हुई, जिस मीटिंग दे विच जथेदार करतार सिंह झब्बर आके हाजिर होया। उन्हें बेनती करके आख्या है कि मैं समुची सिख कौम की सरमौर जथेबंदी बेनती करदा है श्री ननकाणा साहब की पावन पवित्र धरती उत्ते महंत नारायण दास को कर्म कर रहा है। वह धरती जिथे श्री गुरु नानक देव पातशाह महाराज ने अवतार धारण किया, जिहड़ी धरती पूजन योग है, उस धरती उत्ते बैठ के महंत नारायण दास औरतों की इज्जत लुट रहा है, शराब आदि कबाब दौर चला रहा है। इस करके उस महंत नारायण दास के कोलों प्रबंध खो के ते श्रोमणी गुरद्वारा प्रबंधक कमेटी सेवा संभाले अपने हाथ विच लवे। सिख पंथ ने फैसला किया 4, 5 ते 6 मार्च 1921 ईस्वी ननकाणा साहब की धरती उत्ते इस तरह गुरु के खालसे पंथ का इकट्ठ किया जाएगा। महंत नारायण दास ने इस मते की कापी कली, इन्हें सिखां दा कतले आम करन वास्ते छटे हुए बदमाश रांझा रहाना माशी कदारा नूर शाह इस्माइल वर्गे बदमाशों नूं सद के 1.5 लाख रुपया देना करके यह हुक्म किया है कि 6 मार्च वाले दिन जदों नीलियां दस्तारां वाले
अमरधारी सिंह श्रोमणी गुरद्वारा प्रबंधक कमेटी वाले ते श्रोमणी अकाली दल ननकाना साहब की सेवा संभाल लैन वास्ते आउण उदों तुसां ने उन्हां नूं मौत दे घाट उतार देना है। असी रौला पा देवांगे, मारे गए ते तुसीं निकल जाए, तुहाडे उत्ते कोई केस दर्ज नहीं किया जाएगा। महंत नारायण दास की इस काली करतूत का सरदार करतार सिंह झब्बर नूं पता लगा, गुरद्वारा खरा सौदा की पवित्र धरती उत्ते फैसला किया गया कि तीन जथे तुरे जाण ननकाना साहब की सेवा संभाले अपने हत्थां विच लैण वास्ते। 19 ते 20 फरवरी नूं महंत नारायण दास ने लाहौर की धरती उत्ते सनातन धर्म की मीटिंग विच हिस्सा लैण वास्ते आना सी, पर प्यारी साध सिंह जी 19 फरवरी की रात नूं जथे तुरे श्री ननकाना साहब की पावन पवित्र धरती उत्ते पहुंचे। जथेदार लक्ष्मण सिंह धारोवाली चौर साहब की सेवा निभा रहा है। महंत दे गुंडिया ने जथेदार दे उत्ते गोलियां चलाईया, 2 गोलियां सरदार लक्ष्मण सिंह धारोवाली नूं वज्जियां, बेहोश होए सरदार नूं फड़ के लत्तां तो धू के ननकाना साहब तो बार बार जंड दे नाल पुट्ठा लटका के मिट्टी दा तेल पा के ते जींदे सरदार लक्ष्मण सिंह धारोवाली नूं अग ला के पापी महंत नारायण दास ने ननकाना साहब की पावन पवित्र धरती उत्ते शहीद क्यों कर दिता।
सतगुरु महाराज जी के पावन पवित्र दरबार में प्रवान करनी समुचे सिख पंथ नूं दा दे ढाडी जत्थे वलों श्रोमणी गुरद्वारा प्रबंधक कमेटी के 100 साल स्थापना दिवस दियां लख लख वधाइयां होण अपने दर दे उत्ते प्रवान करना कोट नूं कोट धन्नवाद साहिब श्री गुरु ग्रंथ साहिब महाराज जी का समुचे पंथ का श्रोमणी गुरद्वारा प्रबंधक कमेटी का धर्म प्रचार कमेटी का कोट नूं कोट धन्नवाद साहिब श्री गुरु ग्रंथ साहिब महाराज जी का ते गज के गजाओ जी वाहेगुरु जी का खालसा वाहेगुरु जी की फतेह।